ਤਾਂ ਸਾਨੂੰ ਚਾਹੀਦਾ ਕਿ ਅਸੀਂ ਐਜ ਸਿੱਖ ਆਪਣੇ ਆਪ ਨੂੰ ਗੁਰਬਾਣੀ ਦੇ ਆਸਰੇ ਲਾ ਕੇ ਗੁਰੂ ਸਾਹਿਬ ਜੀ ਦੇ ਖਾਲਸਾ ਧਰਮ ਨੂੰ ਜਿਉਂਦਾ ਰੱਖੀਏ, ਜੋ ਗੁਰੂ ਸਾਹਿਬ ਸਾਨੂੰ ਸਿਧਾਂਤ ਦੇ ਕੇ ਉਹਨਾਂ ਨੂੰ ਜਿਉਂਦਾ ਰੱਖੀਏ, ਤਾਂ ਕਿ ਸਾਡੀ ਕੌਮ ਪ੍ਰਫੁੱਲਿਤ ਹੋਵੇ, ਸਾਡੀ ਕੌਮ ਦੇ ਵਿੱਚ ਜਨਮ ਲੈਣ ਵਾਲੇ ਗਰੀਬ ਬੱਚੇ ਐਜੂਕੇਸ਼ਨ ਨਾਲ ਭਰਪੂਰ ਹੋਣ, ਐਜੂਕੇਸ਼ਨ ਕਰਕੇ ਅਫਸਰ ਬਣਨ, ਸਮਾਜ ਵਿੱਚ ਇੱਜ਼ਤ ਪਾਉਣ, ਕੌਮ ਦੀ ਵੀ ਸੇਵਾ ਕਰਨ, ਦੇਸ਼ ਦੀ ਵੀ ਸੇਵਾ ਕਰਨ। ਸਾਡੀ ਕੌਮ ਦੇ ਵਿੱਚ ਕਿ ਦੁਰਭਾਗਿਆਵਸ ਕੋਈ ਬੀਬੀ ਵਿਧਵਾ ਹੋ ਜਾਵੇ, ਬੇਸਹਾਰਾ ਹੋ ਜਾਵੇ ਅਤੇ ਗੁਰੂ ਘਰ ਉਹਦਾ ਆਸਰਾ ਬਣੇ। ਸਾਡੀ ਕੌਮ ਦੇ ਵਿੱਚ ਕੋਈ ਗਰੀਬ ਹੋਵੇ, ਬਿਮਾਰੀ ਨਾਲ ਪੀੜਿਤ ਹੋਵੇ, ਉਹਦਾ ਫਰੀ ਇਲਾਜ ਹੋਵੇ। ਸਾਡੀ ਕੌਮ ਦੇ ਕੋਈ ਸਿੱਖ ਆਪਣੀ ਆਤਮਾ ਨੂੰ ਪਰਮਪਿਤਾ ਪਰਮਾਤਮਾ ਨਾਲ ਜੋੜਨ ਲਈ, ਸੰਗਤ ਕਰਨ ਲਈ ਤੀਰਥ 'ਤੇ ਜਾਣ, ਉਹਨਾਂ ਨੂੰ ਰਾਤ ਨੂੰ ਰਿਹਾਇਸ਼ ਲਈ ਕਮਰਾ ਮਿਲੇ, ਤਾਂ ਕਿ ਉਸ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਕਾਗਰਤਾ ਨਾਲ ਬਿਰਤੀ ਜੋੜ ਕੇ ਪਰਮਾਤਮਾ ਦੀ ਬੰਦਗੀ ਕਰ ਸਕਣ।